ਖਣਿਜ ਲਵਣ ਮੁੱਖ ਰੂਪ ਤੋਂ ਹੱਡੀਆਂ ਅਤੇ ਦੰਦਾਂ ਦੀ ਰਚਨਾ ਦੇ ਮੁੱਖ ਭਾਗ ਨੇ ਅਤੇ ਦੁੱਧ ਵਿੱਚ ਵੀ ਇਹਦੀ ਮਾਤਰਾ ਕਾਫੀ ਹੁੰਦੀ ਹੈ। ਖਣਿਜ ਲਵਣਾਂ ਦੀ ਕਮੀ ਦੇ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀ ਬਿਮਾਰੀਆਂ ਹੋ ਜਾਂਦੀਆਂ ਨੇ। ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਕਲੋਰੀਨ, ਗੰਧਕ, ਮੈਗਨੀਸ਼ੀਅਮ, ਮੈਂਗਨੀਜ਼, ਲੋਹਾ, ਤਾਂਬਾ, ਜਸਤਾ, ਕੋਬਾਲਟ, ਆਇਓਡੀਨ ਅਤੇ ਸੈਲੇਨੀਅਮ ਜ਼ਰੂਰੀ ਅਤੇ ਮੁੱਖ ਲਵਣ ਹੈ। ਦੁੱਧ ਦੀ ਪੈਦਾਵਾਰ ਵਾਸਤੇ ਮੱਝਾਂ ਨੂੰ ਕੈਲਸ਼ੀਅਮ ਅਤੇ ਫਾਸਫੋਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹਨਾਂ ਦੀ ਕਮੀ ਦੀ ਵਜ੍ਹਾ ਦੇ ਨਾਲ ਸੂਨ ਦੇ ਵੇਲੇ ਮੱਝਾਂ ਵਿੱਚ ਦੁੱਧ ਦਾ ਬੁਖਾਰ ਹੋ ਜਾਂਦਾ ਹੈ, ਬਾਅਦ ਵਿੱਚ ਦੁੱਧ ਘੱਟ ਜਾਂਦਾ ਹੈ, ਨਾਲ ਦੀ ਨਾਲ ਪ੍ਰਜਨਨ ਦਰ ਵਿੱਚ ਵੀ ਘਟੋਤਰੀ ਹੁੰਦੀ ਹੈ। ਸੂਈਆਂ ਹੋਈਆਂ ਮੱਝਾਂ ਪਿੱਛਾ ਦਿਖਾਉਣ ਲੱਗ ਜਾਂਦੀਆਂ ਨੇ। ਜ਼ਿਆਦਾਤਰ ਚਾਰੇ ਦੇ ਵਿੱਚ ਖਣਿਜ ਲਵਣ ਮੱਝ ਦੀ ਜ਼ਰੂਰਤ ਅਨੁਸਾਰ ਪੂਰੇ ਨਹੀਂ ਹੁੰਦੇ। ਇਸ ਵਜ੍ਹਾ ਦੇ ਨਾਲ ਮੱਝਾਂ ਨੂੰ ਖਣਿਜ ਲਵਣਾਂ ਦਾ ਚੂਰਾ ਅਲੱਗ ਤੋਂ ਖਵਾਉਣਾ ਜ਼ਰੂਰੀ ਹੋ ਜਾਂਦਾ ਹੈ। ਮੱਝਾਂ ਨੂੰ ਹਰ ਰੋਜ਼ 40 ਤੋਂ 60 ਗ੍ਰਾਮ ਖਣਿਜ ਚੂਰਾ, 25 ਤੋਂ 30 ਗ੍ਰਾਮ ਆਮ ਨਮਕ ਅਤੇ ਭਰਪੂਰ ਮਾਤਰਾ ਵਿੱਚ ਪਾਣੀ ਦੇਣਾ ਜ਼ਰੂਰੀ ਹੈ। ਜੇ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਮੱਝਾਂ ਨੂੰ ਖਣਿਜ ਚੂਰਾ ਅਤੇ ਨਮਕ ਖਵਾਉਣ ਦੇ ਕਾਫੀ ਫਾਇਦੇ ਹੋ ਸਕਦੇ ਹੈ। ਉਹ ਫਾਇਦੇ ਇਸ ਤਰ੍ਹਾਂ ਬਖਾਣ ਕੀਤੇ ਜਾਂਦੇ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਮੱਝਾਂ ਦਾ ਹਾਜ਼ਮਾ ਚੰਗਾ ਰੱਖਦਾ ਹੈ, ਦੁੱਧ ਦੀ ਮਾਤਰਾ ਅਤੇ ਸਰੀਰ ਦਾ ਭਾਰ ਵਧਾਉਂਦਾ ਹੈ, ਕਈ ਬਿਮਾਰੀਆਂ ਤੋਂ ਬਚਾਉਂਦਾ ਹੈ, ਮੱਝਾਂ ਦਾ ਉਤਪਾਦਨ ਕਰਨ ਦੀ ਸ਼ਮਤਾ ਨੂੰ ਵਧਾਉਂਦਾ ਹੈ, ਦੋ ਸੋਇਆਂ ਦੇ ਵਿੱਚ ਦੀ ਦੂਰੀ ਨੂੰ ਘੱਟ ਕਰਦਾ ਹੈ, ਗਰਮੀ ਵਿੱਚ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਦਾ ਹੈ, ਸੂਏ ਦੇ ਦੌਰਾਨ ਕੋਈ ਦਿੱਕਤ ਨਹੀਂ ਆਉਂਦੀ। ਮੱਝਾਂ ਕੱਪੜਾ, ਮਿੱਟੀ ਜਾਂ ਲੱਕੜੀ ਵਗੈਰਾ ਨਹੀਂ ਖਾਂਦੀਆਂ ਕਿਉਂਕਿ ਖਣਿਜ ਦੀ ਮਾਤਰਾ ਪਹਿਲਾਂ ਹੀ ਇਹਨਾਂ 'ਚ ਪੂਰੀ ਹੋ ਚੁੱਕੀ ਹੁੰਦੀ ਹੈ। ਜੇ ਕਿਸਾਨ ਭਰਾ ਇਹਨਾਂ ਗੱਲਾਂ ਦਾ ਖਿਆਲ ਰੱਖਣ ਅਤੇ ਉਚਿਤ ਮਾਤਰਾ ਨਾਲ ਖਣਿਜ ਲਵਣ ਮੱਝਾਂ ਨੂੰ ਖਵਾਉਣ ਤਾਂ ਬਹੁਤ ਸਾਰੀ ਬਿਮਾਰੀਆਂ ਅਤੇ ਹੋਰ ਮੁਸੀਬਤਾਂ ਤੋਂ ਬਚਿਆ ਜਾ ਸਕਦਾ ਹੈ।